ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਜੋ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਵਾਸਤੇ ਐਲਾਨ ਕੀਤੇ ਸਨ, ਸਤੰਬਰ 18 ਨੂੰ ਇਹ ਐਲਾਨ ਕੀਤੇ ਗਏ ਸੀ, ਜੋ 1 ਨਵੰਬਰ 2024 ਤੋਂ ਲਾਗੂ ਹੋ ਰਹੇ ਨੇ, ਜਿਸ ਮੁਤਾਬਕ ਹੁਣ ਜੋ ਇੰਟਰਨੈਸ਼ਨਲ ਵਿਦਿਆਰਥੀ ਪੜ੍ਹਾਈ ਪੂਰੀ ਕਰਕੇ ਆਪਣਾ ਵਰਕ ਪਰਮਿਟ ਅਪਲਾਈ ਕਰਨ ਦੀ ਕੋਸ਼ਿਸ਼ ਕਰਨਗੇ, ਉਹਨਾਂ ਵਾਸਤੇ ਕਈ ਹਦਾਇਤਾਂ ਲਾ ਦਿੱਤੀਆਂ ਗਈਆਂ ਨੇ, ਜਿਸ ਦੇ ਵਿੱਚ ਮੁੱਖ ਇਹ ਹੈ ਕਿ ਹੁਣ ਪੜ੍ਹਾਈ ਕਰਨ ਤੋਂ ਬਾਅਦ ਜਿਹੜੇ ਵਰਕ ਪਰਮਿਟ ਅਪਲਾਈ ਕਰਨਗੇ ਉਹਨਾਂ ਨੂੰ ਦੁਬਾਰਾ ਤੋਂ ਇੰਗਲਿਸ਼ ਦਾ ਟੈਸਟ ਦੇਣਾ ਪਵੇਗਾ, ਯਾਨੀ ਕਿ CLB 7 ਜਾਂ 5 ਲੈਣਾ ਪਵੇਗਾ, ਜਿਸ ਦੇ ਬਾਰੇ ਪਹਿਲਾਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਉਹਨਾਂ ਨੇ ਪੜ੍ਹਾਈ ਕੀਤੀ ਹੈ ਉਸ ਆਧਾਰ ਉੱਤੇ ਸ਼ਰਤ ਹੋਵੇਗੀ ਕਿ CLB ਉਹਨਾਂ ਨੇ 7 ਲੈਣਾ ਜਾਂ 5 ਲੈਣਾ, ਕਿਉਂਕਿ ਜੋ ਯੂਨੀਵਰਸਿਟੀ ਦੇ ਪ੍ਰੋਗਰਾਮ ਨੇ ਉਸ ਵਾਸਤੇ CLB 7 ਲਾਜ਼ਮੀ ਹੈ, ਅਤੇ ਜੋ ਕਾਲਜ ਜਾਂ ਫਿਰ ਹੋਰ ਡਿਪਲੋਮਾ ਪ੍ਰੋਗਰਾਮਸ ਨੇ ਉਸ ਵਾਸਤੇ CLB 5 ਲਾਜ਼ਮੀ ਕੀਤਾ ਗਿਆ, ਜਿਸ ਵਿੱਚ ਸੈਲਪਿਪ ਕੀਤਾ ਜਾ ਸਕਦਾ ਜਾਂ ਫਿਰ ਆਇਲਸ ਜਾਂ ਫਿਰ PTE, ਅਤੇ ਇਸ ਦੇ ਨਾਲ ਹੀ ਜਿਹੜੇ ਜ਼ਰੂਰੀ ਖਿੱਤੇ ਨੇ ਉਹਨਾਂ ਨਾਲ ਜੁੜੀ ਜਿਹੜੇ ਪੜ੍ਹਾਈ ਕਰ ਰਹੇ ਨੇ ਉਹਨਾਂ ਨੂੰ ਹੀ ਵਰਕ ਪਰਮਿਟ ਮਿਲੇਗਾ, ਜਿਸ ਵਿੱਚ ਹੈਲਥ ਕੇਅਰ ਨਾਲ ਜੁੜੇ ਕੰਮ, ਸਟੈਮ ਯਾਨੀ ਕਿ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਮੈਥ ਦੇ ਨਾਲ ਜੁੜੇ ਕੰਮ, ਟ੍ਰੇਡ ਆਕੂਪੇਸ਼ਨਸ, ਟਰਾਂਸਪੋਰਟੇਸ਼ਨ ਨਾਲ ਜੁੜੇ ਕੰਮ, ਐਗਰੀਕਲਚਰ ਅਤੇ ਐਗਰੀ ਫੂਡ ਆਕੂਪੇਸ਼ਨਸ ਦੇ ਨਾਲ ਸੰਬੰਧਿਤ ਪੜ੍ਹਾਈ ਕਰਨ ਵਾਲਿਆਂ ਦੇ ਵਾਸਤੇ ਹੀ ਹੁਣ ਅੱਗੇ ਦਾ ਕੋਈ ਰਾਹ ਪੱਧਰਾ ਹੋ ਸਕੇਗਾ, ਜੋ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਸ ਸਮੇਂ ਕਾਫੀ ਜ਼ਿਆਦਾ ਸਖਤੀ ਕਰ ਦਿੱਤੀ ਹੈ। ਇਸ ਸਮੇਂ ਮੁੱਖ ਤੌਰ ਉੱਤੇ ਪਹਿਲ, ਚਾਹੇ ਫਿਰ ਵਰਕ ਪਰਮਿਟ ਦੇ ਲਈ ਹੋਵੇ ਜਾਂ ਫਿਰ PR ਦੇ ਲਈ, ਸਿਰਫ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਜੋ ਜ਼ਰੂਰੀ ਖਿੱਤੇ ਨੇ, ਜਿਨ੍ਹਾਂ ਖਿੱਤਿਆਂ ਵਿੱਚ ਕੈਨੇਡਾ ਨੂੰ ਇਸ ਸਮੇਂ ਕਾਮਿਆਂ ਦੀ ਅਹਿਮ ਲੋੜ ਹੈ। ਇਸ ਤੋਂ ਇਲਾਵਾ ਹੁਣ ਕੈਨੇਡਾ ਦੇ ਵਿੱਚ ਵਰਕ ਪਰਮਿਟ ਲੈਣਾ, PR ਲੈਣੀ ਜਾਂ ਫਿਰ ਸਟੱਡੀ ਪਰਮਿਟ ਵੀ ਲੈਣਾ ਇਸ ਸਮੇਂ ਕਾਫੀ ਜ਼ਿਆਦਾ ਮੁਸ਼ਕਲ ਬਣਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਇੱਕ ਸੀਮਤ ਸੀਮਾ ਵੀ ਕਰ ਦਿੱਤੀ ਗਈ ਹੈ ਕਿ ਕਿੰਨੀ ਗਿਣਤੀ ਤੱਕ ਹੀ ਸਟੱਡੀ ਪਰਮਿਟ ਮਿਲ ਸਕਦੇ ਨੇ ਜਾਂ ਵਰਕ ਪਰਮਿਟ ਮਿਲ ਸਕਦੇ ਨੇ। ਪਰ ਇਹ ਜ਼ਰੂਰ ਹੈ ਕਿ ਹਜੇ ਇਮੀਗ੍ਰੇਸ਼ਨ ਦਾ ਕੰਮ ਬੰਦ ਨਹੀਂ ਹੋਇਆ, ਸਖਤੀ ਕੀਤੀ ਗਈ ਹੈ। ਵਿਨੀਪੈਗ ਵਿੱਚ ਰਹਿਣ ਵਾਲਾ 45 ਸਾਲਾ ਬਲਕਰਨ ਸਿੰਘ, ਜੋ ਕਿ ਇਮੀਗ੍ਰੇਸ਼ਨ ਸਲਾਹਕਾਰ ਸੀ, ਜਿਸ ਉੱਤੇ ਕੇਸ ਚੱਲ ਰਿਹਾ ਸੀ, ਤੇ ਹੁਣ 2 ਅਕਤੂਬਰ ਨੂੰ ਉਸਨੂੰ ਦੋਸ਼ੀ ਪਾਇਆ ਗਿਆ, ਜਿਸ ਤੋਂ ਬਾਅਦ ਉਸਨੂੰ 2 ਸਾਲ ਦੇ ਲਈ ਹਾਊਸ ਅਰੈਸਟ ਦਾ ਅਦਾਲਤ ਵੱਲੋਂ ਹੁਕਮ ਦਿੱਤਾ ਗਿਆ, ਤੇ ਨਾਲ ਹੀ ਉਸ ਉੱਤੇ ਇਮੀਗ੍ਰੇਸ਼ਨ ਦੀ ਸਲਾਹ ਦੇਣ ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਦੇ ਨਾਲ ਹੀ 200 ਘੰਟੇ ਦੀ ਕਮਿਊਨਿਟੀ ਸਰਵਿਸ ਉਸਨੇ ਕਰਨੀ ਹੈ, ਤੇ ਨਾਲ ਹੀ $50,000 ਦਾ ਜੁਰਮਾਨਾ ਕੀਤਾ ਗਿਆ। ਦਰਅਸਲ ਉਸ ਵੱਲੋਂ ਕਾਫੀ ਵੱਡਾ ਫਰਾਡ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਲੀ ਦਸਤਾਵੇਜ਼ ਵੀ ਤਿਆਰ ਕੀਤੇ ਜਾ ਰਹੇ ਸਨ। ਦਰਅਸਲ ਬਲਕਰਨ ਸਿੰਘ, ਜੋ ਵਿਨੀਪੈਗ ਦੇ ਕੋਲ ਇੱਕ ਘਰ ਉਸਨੇ ਖਰੀਦਿਆ, ਜਿਸ ਬਾਰੇ ਇਮੀਗ੍ਰੇਸ਼ਨ ਵਿਭਾਗ ਕੋਲ ਇਹ ਦਾਅਵਾ ਕੀਤਾ ਕਿ ਉਹ ਗੁਰਦੁਆਰਾ ਸਾਹਿਬ ਹੈ, ਤੇ ਗੁਰਦੁਆਰਾ ਸਾਹਿਬ ਵਜੋਂ ਉਸਨੂੰ ਦੱਸਦੇ ਹੋਏ ਉੱਥੇ ਤੋਂ ਕਈ ਲੋਕਾਂ ਦੇ ਵਰਕ ਪਰਮਿਟ ਅਪਲਾਈ ਕੀਤੇ, ਤੇ 3 ਜਣਿਆਂ ਦੇ ਵਰਕ ਪਰਮਿਟ ਲਗਵਾਉਣ ਵਾਸਤੇ ਉਹ ਉਹਨਾਂ ਨੂੰ ਬਾਰਡਰ ਦੇ ਉੱਤੇ ਲੈ ਕੇ ਗਿਆ ਸੀ January 2021 ਵਿੱਚ, ਜਦੋਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅਧਿਕਾਰੀਆਂ ਨੂੰ ਉਸ ਉੱਤੇ ਸ਼ੱਕ ਪਿਆ, ਜਿਸ ਤੋਂ ਬਾਅਦ ਉਹਨਾਂ ਨੇ ਜਾਂਚ ਖੋਲ੍ਹ ਦਿੱਤੀ, ਜਿਸ ਤੋਂ ਬਾਅਦ December 2023 ਵਿੱਚ, ਜਦੋਂ ਉਸਤੇ ਉਸ ਘਰ ਦੇ ਜਿਸ ਨੂੰ ਕਿ ਗੁਰਦੁਆਰਾ ਸਾਹਿਬ ਉਸ ਵੱਲੋਂ ਦੱਸਿਆ ਗਿਆ ਸੀ, ਵਾਰੰਟ ਜਾਰੀ ਕੀਤੇ ਗਏ ਕਿ ਉੱਥੇ ਛਾਪੇਮਾਰੀ ਕੀਤੀ ਗਈ ਤਾਂ ਉੱਥੇ ਤੋਂ ਕੰਪਿਊਟਰ ਸਮੇਤ ਕਈ ਸੈੱਲਫੋਨ, ਕਈ ਦਸਤਾਵੇਜ਼ ਸਬੂਤ ਵਜੋਂ ਅਧਿਕਾਰੀਆਂ ਨੇ ਜ਼ਬਤ ਕਰ ਲਏ, ਜਿਸ ਉੱਤੇ ਇਲਜ਼ਾਮ ਨੇ ਕਿ ਉਸ ਘਰ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਨਹੀਂ ਸੀ, ਜੋ ਸਿਰਫ ਕਾਗਜ਼ਾਂ ਦੇ ਵਿੱਚ ਸੀ, ਤੇ ਜਾਲੀ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਸਨ, ਤੇ ਉਹਨਾਂ ਦੇ ਆਧਾਰ ਤੇ ਹੀ ਲੋਕਾਂ ਦੇ ਵਰਕ ਪਰਮਿਟ ਕਰਵਾਏ ਜਾ ਰਹੇ ਸੀ, ਜਿਸ ਉੱਤੇ ਫਰਵਰੀ ਮਹੀਨੇ ਕੇਸ ਦਰਜ ਹੋਏ ਸਨ, ਤੇ ਉਸ ਤੋਂ ਬਾਅਦ ਹੁਣ 2 ਅਕਤੂਬਰ ਨੂੰ ਉਸਨੂੰ ਦੋਸ਼ੀ ਪਾਇਆ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਮੇਪਲ ਰਿਜ ਭਾਈਚਾਰੇ ਵਿੱਚ ਇੱਕ ਅਜਿਹਾ ਹਾਦਸਾ ਵਾਪਰਿਆ, ਜਿਸ ਦੇ ਨਾਲ ਇੱਕ ਡਰਾਈਵਰ ਜੋ ਗੱਡੀ ਚਲਾ ਰਿਹਾ ਸੀ, ਉਸਦੀ ਗੱਡੀ
ਜਾ ਕੇ ਘਰ ਦੇ ਨਾਲ ਟਕਰਾ ਗਈ, ਜੋ ਕਿ ਪਲਟ ਵੀ ਗਈ ਸੀ, ਜਿਸ ਤੋਂ ਬਾਅਦ ਡਰਾਈਵਰ ਨੂੰ ਕੁਝ ਸੱਟਾਂ ਵੀ ਆਈਆਂ ਨੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 14,000 ਬਲਾਕ ਦੇ ਮੀਅਰ ਡਰਾਈਵ ਉੱਤੇ ਦੁਪਹਿਰ ਦੇ 12 ਵਜੇ ਦੇ ਨੇੜੇ ਇਹ ਮਾਮਲਾ ਸਾਹਮਣੇ ਆਇਆ, ਜਿਨ੍ਹਾਂ ਨੂੰ ਪਲਟਿਆ ਹੋਇਆ ਵਾਹਨ ਇੱਕ ਘਰ ਦੀ ਬੈਕਯਾਰਡ ਦੇ ਵਿੱਚ ਮਿਲਿਆ, ਜਿਸ ਦੇ ਨਾਲ ਆਲੇ ਦੁਆਲੇ ਦੇ ਘਰਾਂ ਦਾ ਵੀ ਕੁਝ ਨੁਕਸਾਨ ਹੋਇਆ। ਸੋਸ਼ਲ ਮੀਡੀਆ 'ਤੇ ਵੀ ਇਹ ਵੀਡੀਓ ਸਾਹਮਣੇ ਆਈ, ਜਿਸ ਵਿੱਚ ਸਫੇਦ ਰੰਗ ਦੀ SUV ਦਿਖਾਈ ਦਿੰਦੀ ਹੈ, ਜੋ ਕਿ ਘਰ ਦੀ ਬੈਕਯਾਰਡ ਦੇ ਵਿੱਚ ਪਲਟੀ ਹੋਈ ਗੱਡੀ ਦਿਖਾਈ ਦਿੰਦੀ ਹੈ, ਜਿਸ ਦੇ ਕਰਕੇ ਘਰ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ। ਬਚਾ ਰਿਹਾ ਕਿ ਘਰਾਂ ਦੇ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ। ਗੱਡੀ ਦੇ ਡਰਾਈਵਰ ਨੂੰ ਕੁਝ ਸੱਟਾਂ ਜ਼ਰੂਰ ਆਈਆਂ ਨੇ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਰਿਜਮੈਡੋਜ਼ RCMP ਅਤੇ ਇੰਟੀਗ੍ਰੇਟਿਡ ਕੋਲੀਸ਼ਨ ਐਨਾਲਿਸਿਸ ਅਤੇ ਰੀਕੰਸਟਰਕਸ਼ਨ ਸਰਵਿਸ ਦੀ ਟੀਮ ਮਿਲ ਕੇ ਇਸ ਸੜਕ ਹਾਦਸੇ ਦੀ ਜਾਂਚ ਕਰ ਰਹੇ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਸ਼ਾਇਦ ਡਰਾਈਵਰ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ, ਜਿਸ ਕਰਕੇ ਇਹ ਸੜਕ ਹਾਦਸਾ ਵਾਪਰਿਆ। ਲੈਂਗਲੀ ਵਿੱਚ ਇੱਕ ਰੈਸਟੋਰੈਂਟ ਨੂੰ ਅੱਗ ਲੱਗ ਗਈ। ਸ਼ਨੀਵਾਰ ਦੀ ਸਵੇਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਨਾਲ ਰੈਸਟੋਰੈਂਟ ਦੀ ਇਮਾਰਤ ਪੂਰੀ ਤਰ੍ਹਾਂ ਖਤਮ ਹੀ ਹੋ ਗਈ। ਲੈਂਗਲੀ ਸ਼ਹਿਰ ਦੇ ਡਾਊਨਟਾਊਨ ਖੇਤਰ ਤੋਂ ਸ਼ਨੀਵਾਰ ਦੀ ਸਵੇਰ ਨੂੰ ਇਹ ਮਾਮਲਾ ਸਾਹਮਣੇ ਆਇਆ, ਜਿਸ ਦੇ ਬਾਰੇ ਡਾਊਨਟਾਊਨ ਲੈਂਗਲੀ ਬਿਜ਼ਨਸ ਐਸੋਸੀਏਸ਼ਨ ਦੇ ਨਿਰਦੇਸ਼ਕ ਦੇ ਵੱਲੋਂ ਜਾਣਕਾਰੀ ਨੂੰ ਸਾਂਝਾ ਕੀਤਾ ਗਿਆ, ਜਿਨ੍ਹਾਂ ਕਿਹਾ ਕਿ ਸਵੇਰੇ 7:30 ਵਜੇ ਦੇ ਕਰੀਬ ਦਾ ਸਮਾਂ ਸੀ ਜਦੋਂ ਅੱਗ ਲੱਗਣ ਦੇ ਬਾਰੇ ਇਹਨਾਂ ਨੂੰ ਪਤਾ ਲੱਗਿਆ, ਜਿੱਥੇ ਕਿ ਸ਼ਿਕਾਇਤ ਆਈ ਕਿ ਵੀਵਾ ਮੈਕਸੀਕੋ ਰੈਸਟੋਰੈਂਟ, ਜੋ ਕਿ 2559 ਫਰੇਜ਼ਰ ਹਾਈਵੇ ਦੇ ਉੱਤੇ ਸੀ, ਸ਼ਹਿਰ ਦੇ ਮੈਕਬਰਨੀ ਪਲਾਜ਼ਾ ਖੇਤਰ ਵਿੱਚ, ਜਿਸ ਨੂੰ ਅੱਗ ਲੱਗ ਗਈ, ਜਿਸ ਕਰਕੇ ਆਲੇ ਦੁਆਲੇ ਦੇ ਵਪਾਰਾਂ ਵਿੱਚੋਂ ਵੀ ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ਨੂੰ ਤੁਰੰਤ ਖਾਲੀ ਕਰਵਾਇਆ ਗਿਆ। ਅੱਗ ਬੁਝਾਊ ਦਸਤੇ ਨੇ ਜਾਣਕਾਰੀ ਦਿੱਤੀ ਹੈ ਕਿ ਇਮਾਰਤ ਦੇ ਕੁਝ ਹਿੱਸੇ ਨੂੰ ਬਚਾ ਲਿਆ ਗਿਆ ਹੈ, ਪਰ ਅੱਗ ਦੇ ਕਰਕੇ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ। ਸੰਘਣਾ ਕਾਲਾ ਧੂੰਆਂ ਆਲੇ ਦੁਆਲੇ ਦੇ ਖੇਤਰ ਵਿੱਚ ਦੇਖਿਆ ਜਾ ਸਕਦਾ ਸੀ। ਸਵੇਰ ਦੇ 10 ਵਜੇ ਤੱਕ ਵੀ ਅੱਗ ਬੁਝਾਊ ਦਸਤੇ ਮੌਕੇ ਦੇ ਉੱਤੇ ਮੌਜੂਦ ਸਨ, ਜੋ ਕਿ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਲਗਾਤਾਰ ਕੰਮ ਕਰਦੇ ਰਹੇ। ਇਸ ਮੌਕੇ ਬਚਾ ਰਿਹਾ ਕਿ ਕੋਈ ਵੀ ਵਿਅਕਤੀ ਉੱਥੇ ਜ਼ਖਮੀ ਨਹੀਂ ਹੋਇਆ, ਪਰ ਆਲੇ ਦੁਆਲੇ ਦੇ ਵਪਾਰਾਂ ਦਾ ਵੀ ਇਸ ਮੌਕੇ ਅੱਗ ਦੇ ਕਰਕੇ ਕੁਝ ਨੁਕਸਾਨ ਹੋਇਆ ਦੱਸਿਆ ਗਿਆ।